ਹਾਂ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਜੀ। ਹੋਪਫੁਲੀ ਬਾਈ ਸਾਰੇ ਹੀ ਘੈਂਟ ਹੋਵੋਗੇ ਤੇ ਬਾਈ ਕਰਦੇ ਹਾਂ ਅੱਜ ਇੱਕ ਹੋਰ ਨਵੀਂ ਵੀਡੀਓ ਦੀ ਸ਼ੁਰੂਆਤ। ਪਹਿਲਾਂ ਤਾਂ ਗੱਡੀ ਲੈ ਲਈਏ ਯਾਰ, ਕਿਉਂਕਿ ਆਪਣੇ ਡਰਾਈਵਰ ਜੱਟ ਕੋ ਬਾਈ ਕੋਈ ਗੱਡੀ ਨਹੀਂ ਤੇ ਹਸਪੀਟਲ ਤੋਂ ਬਾਈ ਪਤਾ ਨਹੀਂ ਕਿੱਥੋਂ ਸੱਟਾ ਖਾ ਗਿਆ ਆ। ਸੋ ਅੱਜ ਦੀ ਵੀਡੀਓ ਬਾਈ ਪੂਰੀ ਦੇਖਿਓ ਤੇ ਐਂਡ ਹੋਣ ਜਾ ਰਹੀ ਹੈ। ਪਹਿਲਾਂ ਤਾਂ ਆਪਾਂ ਮਾਰਕ ਲਾਇਆ ਹੋਇਆ। ਹਾਂਜੀ ਬਾਈ ਮਾਰਕ ਲਾਇਆ ਹੋਇਆ, ਤੁਹਾਨੂੰ ਮੈਂ ਦੱਸਦਾ ਕੋਈ ਬਾਈ ਸਟੋਰੀ ਇੱਦਾਂ ਦੀ ਆ। ਆਪਾਂ ਜਾ ਰਹੇ ਹਾਂ ਬਾਈ ਬੰਦਿਆਂ ਨੂੰ ਮਿਲਣ ਤੇ ਬਾਈ ਇਹ ਸ਼ਹਿਰ 'ਚ ਆਈ ਹੋਈ ਇੰਡੈਵਰ ਗੱਡੀ। ਸੋ ਇੰਡੈਵਰ ਗੱਡੀ ਬਾਈ ਆਪਾਂ ਚੋਰੀ ਕਰਨ ਜਾ ਰਹੇ ਸੀ ਤਾਂ ਪਹਿਲਾਂ ਹੀ ਬਾਈ ਖਬਰ ਮਿਲ ਗਈ ਕਿ ਚੋਰੀ ਕਰ ਲਈ ਕਿਸੇ ਨੇ। ਸੋ ਆਪਾਂ ਬਾਈ ਪਤਾ ਲਗਾਇਆ ਕਿਉਂਕਿ ਆਪਣੇ ਬੰਦਿਆਂ ਦੀ ਵੀ ਬੜੀ ਡਿਮਾਂਡ ਸੀ ਕਿ ਬਾਈ ਇੰਡੈਵਰ ਲੈਣੀ ਇੰਡੈਵਰ ਲੈਣੀ। ਸੋ ਬਾਈ ਮੈਂ ਪਤਾ ਲਗਾਇਆ ਕਿ ਯਾਰ ਕਿਹੜੇ ਬੰਦਿਆਂ ਨੇ ਚੋਰੀ ਕੀਤੀ ਤੇ ਬਾਈ ਪਤਾ ਲੱਗਾ ਕਿ ਯਾਰ ਆਹ ਦੋ ਤਿੰਨ ਬੰਦਿਆਂ ਨਾਲ ਗੈਂਗ ਆ ਵੱਡੀ। ਸੋ ਉਹਦੇ ਦੋ ਤਿੰਨ ਮੇਨ ਬੰਦੇ ਆਪਾਂ ਉਹਨਾਂ ਨਾਲ ਗੱਲਬਾਤ ਕੀਤੀ, ਯਾਰ ਆਪਾਂ ਨੂੰ ਇੰਡੈਵਰ ਚਾਹੀਦੀ ਆ। ਸੋ ਪੁਲਿਸ ਸਟੇਸ਼ਨ ਉਹਨਾਂ ਨੇ ਆਪਾਂ ਨੂੰ ਮਿਲਣਾ ਸੀ, ਆਪਾਂ ਮਿਲਣ ਲਈ ਬੁਲਾਇਆ ਸੀ। ਸੋ ਗੱਲਬਾਤ ਬਾਈ ਕੁਛ ਇੱਦਾਂ ਹੋਈ, ਆਪਾਂ ਗੱਡੀ ਲਾ ਦਈਏ ਇੱਥੇ ਪਹਿਲਾਂ ਸਾਈਡ 'ਤੇ, ਫਿਰ ਤੁਹਾਨੂੰ ਦੱਸਦਾ ਗੱਲਬਾਤ। ਅਤੇ ਇੱਥੇ ਨਾਲ ਜੀ ਲਾ ਦਿੰਦੀ ਆਪਾਂ। ਸੋ ਬਾਈ ਗੱਲਬਾਤ ਕੁਛ ਇੱਦਾਂ ਹੋਈ ਕਿ ਮੈਂ ਉਹਨਾਂ ਨੂੰ ਕਿਹਾ ਕਿ ਬਾਈ ਆਪਾਂ ਨੂੰ ਚਾਹੀਦੀ ਡਰਾਈਵਰ ਗੱਡੀ, ਜੋ ਮਰਜ਼ੀ ਕਰਾ ਲਓ ਸਾਡੇ ਤੋਂ, ਕਿਉਂਕਿ ਮੈਂ ਤਾਂ ਬਾਈ ਚੋਰੀ ਕਰ ਲੈਣੀ ਸੀ ਲੇਕਿਨ ਉਹਨਾਂ ਨੇ ਪਹਿਲਾਂ ਕਰ ਲਈ, ਉਹ ਜੀ ਆਏ ਨਹੀਂ ਆਪਾਂ ਇੰਤਜ਼ਾਰ ਕਰਕੇ। ਨਾਲ ਤੁਹਾਨੂੰ ਗੱਲ ਦੱਸਦਾ ਅਤੇ ਬਾਈ ਉਹ ਗੱਲ ਇੱਦਾਂ ਹੋਈ, ਨਾਲ ਕਹਿਣ ਲੱਗੇ ਕਿ ਆਪਣਾ ਇੱਕ ਕੰਮ ਕਰਨਾ ਪੈਣਾ ਤੈਨੂੰ। ਮੈਂ ਕਿਹਾ ਕੋਈ ਚੱਕਰ ਨਹੀਂ, ਜਿਹੜਾ ਕੰਮ ਕਹੋਗੇ ਉਹੀ ਕਰ ਦਿੰਦੇ ਹਾਂ। ਸੋ ਆ ਗਏ ਬਾਈ ਬੰਦੇ ਤਾਂ ਆ ਗਏ ਆ, ਇਹਨਾਂ ਨੂੰ ਮਿਲ ਲਈਏ ਨਾਲੇ। ਇਹ ਉਹ ਤੁਹਾਡੀ ਨੂੰ ਇਹ ਹਾਲੇ ਗੱਡੀ ਦੇਖੋ ਕਿਹੜੀ ਲੈ ਕੇ, ਉਹ ਬੈਟਮੈਨ ਵਾਲੀ ਗੱਡੀ ਲੱਗਦੀ ਮੈਨੂੰ, ਇਹ ਅੰਮ੍ਰਿਤ ਮਾਨ ਦੇ ਵੀ ਗਾਣੇ 'ਚ ਆਈ ਸੀ ਸ਼ਾਇਦ ਗੱਡੀ। ਹਾਂ ਕਿੱਦਾਂ ਭਾਊ, ਕੀ ਹਾਲ ਚਾਲ ਆ? ਉਹ ਕੋਈ ਨਾ ਯਾਰ, ਮੈਂ ਸੁਣ ਲਈ ਸੀ, ਤੇਰੇ ਬੋਸ ਨੇ ਦੱਸਤੀ ਸੀ ਮੈਨੂੰ ਸਾਰੀ ਡਿਮਾਂਡ, ਅਤੇ ਆਹ ਵੇਟਰ ਨਾਲ ਹੀ ਚੱਕੀ ਫਿਰਦੇ ਤੁਸੀਂ, ਦੇਖੋ ਨਾਲ ਹੀ ਕੱਦੂ ਕੁੱਦੂ ਕਟਾ ਲੈਂਦੇ ਹਾਂ। ਪਤਾ ਨਹੀਂ ਬਾਈ ਵੇਟਰ ਨਾਲ ਹੀ ਚੱਕੀ ਫਿਰਦੇ, ਪਤਾ ਨਹੀਂ ਕੀ ਗੱਲ ਹੋਊਗੀ, ਪਰ ਗੱਡੀ ਚੈੱਕ ਕਰੋ ਇਹ ਜਮਾ ਹੀ ਬਾਈ। ਮੈਂ ਕਹਿੰਦਾ ਬੈਟਮੈਨ ਵਾਲੀ ਗੱਡੀ ਲੱਗਦੀ ਮੈਨੂੰ ਯਾਰ, ਇੱਦਾਂ ਤਾਂ ਬਾਈ ਡਰੀਮ ਆ, ਮੈਂ ਕੋਈ ਗੱਡੀ ਚਲਾਵਾਂ, ਮੈਂ ਗੱਡੀ ਗੁੱਡੀ ਇੱਦਾਂ ਦੀ ਲਈਏ ਕੋਈ ਸਟਰੋਂਗ ਜੀ। ਪਰ ਐਤਕੀ ਤਾਂ ਬਾਈ ਆਪਾਂ ਲੈਣੀ ਇੰਡੈਵਰ, ਸੋ ਇੰਡੈਵਰ ਵਾਲੀ ਸੋਚੀਏ। ਅਤੇ ਬਾਈ ਤੇਰਾ ਕੰਮ ਹੋ ਜੂਗਾ, ਬਸ ਤੂੰ ਇੰਡੈਵਰ ਲੈ ਕੇ ਆ ਜੀ ਸਾਡੇ ਕਲੱਬ ਦੇ ਵਿੱਚ, ਜਿਹੜਾ ਡਰਾਈਵਰ ਜੱਟ ਦਾ ਕਲੱਬ ਆ, ਤੂੰ ਉੱਥੇ ਆ ਜੀ ਬਾਈ ਗੱਡੀ ਲੈ ਕੇ, ਤੇਰਾ ਕੰਮ ਡਨ ਹੋ ਜੂਗਾ, ਕੋਈ ਚੱਕਰ ਵਾਲੀ ਗੱਲ ਨਹੀਂ। ਮੈਂ ਸਾਰਾ ਸਮਝ ਲਿਆ ਜਿਹੜਾ ਵੀ ਤਾਂ ਕੰਮ ਤੂੰ ਕਿਹਾ ਵਾ, ਤੂੰ ਬਸ ਤਿੱਤਰ ਹੋ ਜਾ ਮੈਨੂੰ ਵੀ ਆਪਣਾ ਕੰਮ ਕਰਨ ਦੇ। ਸੋ ਬਾਈ ਗੱਲ ਇੱਦਾਂ ਵਾ ਕਿ ਇਹਨੇ ਆਪਾਂ ਨੂੰ ਕਿਹਾ ਕਿ ਇਹਦੀ ਬੋਟੀ ਦੀ ਗੱਡੀ ਹੋ ਚੁੱਕੀ ਚੋਰੀ, ਅਤੇ ਉਹ ਗੈਂਗ ਬਲਾਸ ਗੈਂਗ ਨੇ ਚੋਰੀ ਕੀਤੀ। ਅਤੇ ਬਲਾਸ ਗੈਂਗ ਦਾ ਤੁਹਾਨੂੰ ਪਤਾ ਹੀ ਬਾਈ ਆਪਾਂ ਕਿੰਨੇ ਵਾਰੀ ਫੈਂਟੀ, ਤੁਹਾਨੂੰ ਦੱਸਣਾ ਇੱਥੇ ਹੁੰਦੀ ਹੈ, ਕਿੱਥੇ ਗਈ ਆਹ ਰੋਡ ਆ ਹੈ ਨਾ, ਬਸ ਆਹ ਰੋਡ ਤੋਂ ਸਿੱਧਾ ਜਾ ਕੇ ਕਿੱਧਰ ਨੂੰ ਆ ਰਹੀ। ਸੋ ਬਾਈ ਆਹ ਏਰੀਆ ਸਾਰਾ ਬਲਾਸ ਗੈਂਗ ਦਾ, ਮੈਂ ਕਿਹਾ ਕੋਈ ਚੱਕਰ ਨਹੀਂ, ਅਤੇ ਆਹ ਕਲੱਬ ਦੇ ਵਿੱਚ ਆਪਾਂ ਬਾਅਦ 'ਚ ਜਾ ਕੇ ਮਿਲਣਾ, ਸਟ੍ਰਿਪ ਕਲੱਬ ਜਿਹੜਾ ਡਰਾਈਵਰ ਜੱਟ ਦਾ ਕਲੱਬ ਆ, ਇੱਥੇ ਜਾ ਕੇ ਬਾਈ ਆਪਾਂ ਇਹਨਾਂ ਨੂੰ ਬਾਅਦ 'ਚ ਮਿਲਣਾ। ਪਹਿਲਾਂ ਆਪਾਂ ਮਾਰਕ ਲਾ ਲੈਂਦੇ ਇੱਥੇ ਦਾ ਗੈਂਗ ਦਾ, ਆਹ ਗੈਂਗ ਦਾ ਏਰੀਆ ਸਾਰਾ, ਇੱਥੇ ਕਿਤੇ ਗੱਡੀ ਪਈ ਹੋਣੀ, ਇਹਨਾਂ ਨੂੰ ਪਤਾ ਨਹੀਂ ਬਾਈ ਕਿੱਥੇ ਪਈ ਐਗਜੈਕਟ। ਸੋ ਆਹ ਏਰੀਆ ਤੁਹਾਨੂੰ ਪਤਾ ਯਾਰ ਕਿੰਨੀ ਵਾਰੀ ਫੈਂਟੀ ਆਪਾਂ ਗੈਂਗ, ਇੱਕ ਵਾਰੀ ਆਪਾਂ ਨੂੰ ਬਾਈ ਫੇਰ ਫੈਂਟਣੀ ਪੈਣੀ ਸਿਰਫ ਆਪਣੀ ਇੰਡੈਵਰ ਕਰਕੇ, ਨਹੀਂ ਤਾਂ ਬਾਈ ਆਪਣਾ ਕੋਈ ਰੋਲਾ ਨਹੀਂ। ਲੇਕਿਨ ਬਾਈ ਜਿੰਨੀ ਟੀਮ ਜਿਹੜੇ ਬੰਦੇ ਨੇ ਮਤਲਬ ਆਪਣੀ ਚੱਕੀ ਨਾ ਇੰਡੈਵਰ ਗੱਡੀ, ਸੋ ਉਹਦੀ ਬਾਈ ਬੋਟੀ ਦੀ ਗੱਡੀ ਆ, ਉਹ ਪਿੰਕ ਕਲਰ ਦੀ ਆਪਾਂ ਨੂੰ ਦੱਸਿਆ ਗਿਆ ਹਜੇ ਤੱਕ ਕਿ ਪਿੰਕ ਕਲਰ ਦੀ ਗੱਡੀ ਹੈ, ਅਤੇ ਉਹ ਗੱਡੀ ਆਪਾਂ ਇਹਨਾਂ ਨੂੰ ਦੇਣੀ ਅਤੇ ਇਹਦੇ ਬਦਲੇ ਆਪਾਂ ਲੈਣੀ ਇੰਡੈਵਰ। ਸੋ ਬਾਈ ਕੰਮ ਹੈਗਾ ਸੌਖਾ, ਕਿਉਂਕਿ ਬਲਾਸ ਗੈਂਗ ਤਾਂ ਬਾਈ ਆਂਡੇ ਵਾਂਗੂ ਫੈਂਟ ਦੇਣੀ ਆਪਾਂ ਜਾ ਕੇ। ਵੈਸੇ ਯਾਰ ਅੱਜ ਮੈਂ ਨਾ ਮਾਰਨ ਕਟਾਉਣ ਵਾਲਾ ਕੰਮ ਘੱਟ ਹੀ ਕਰਨਾ, ਕਿਉਂਕਿ ਯਾਰ ਡਰਾਈਵਰ ਪਹਿਲਾਂ ਹੀ ਹੋਸਪਿਟਲ ਤੋਂ ਹੋ ਗਿਆ, ਇਹਦੇ ਲੱਛਣ ਮੈਨੂੰ ਅੱਗੇ ਨਹੀਂ ਠੀਕ ਲੱਗ ਰਹੇ। ਸੋ ਚੋਰੀ ਚੋਰੀ ਜਾਵਾਂਗੇ ਅਤੇ ਚੋਰੀ ਚੋਰੀ ਗੱਡੀ ਚੱਕ ਲੈਣੀ, ਕੋਈ ਚੱਕਰ ਵਾਲੀ ਗੱਲ ਨਹੀਂ, ਆਰਾਮ ਨਾਲ ਜਾਣਾ ਬਾਈ, ਚਿੱਲ ਕਰਦੇ ਜਾਣਾ, ਚਿੱਲ ਕਰਦੇ ਆਵਾਂਗੇ। ਅਤੇ ਇੰਡੈਵਰ ਦੀ ਬਾਈ ਤੁਹਾਨੂੰ ਦਿਖਾਵਾਂਗੇ ਆਫ ਰੋਡਿੰਗ ਐਂਡ 'ਚ ਅਤੇ ਕਿੱਦਾਂ ਦੀ ਚੱਲਦੀ ਯਾਰ ਆਫ ਰੋਡ 'ਤੇ ਵੀ, ਕਿਉਂਕਿ ਤੁਹਾਨੂੰ ਪਤਾ ਯਾਰ ਇੰਡੈਵਰ ਤਾਂ ਮੈਂ ਕਹਿੰਦਾ ਝੋਟਾ ਪੂਰੀ, ਆਪਣੇ ਇੱਥੇ ਵੀ ਬਾਈ ਬੜੀ ਚੱਲਦੀ ਯਾਰ ਇੰਡੈਵਰ। ਸੋ ਮੈਂ ਸੋਚਿਆ ਯਾਰ ਕਿ ਇੰਡੈਵਰ ਵੀ ਲਈ ਜਾਵੇ, ਬੜੇ ਇਹਨਾਂ ਨੂੰ ਆਪਾਂ ਨੂੰ ਮੈਸੇਜ ਵੀ ਆਏ ਅਤੇ ਕਮੈਂਟ ਵੀ ਬੜੇ ਇਹਨਾਂ ਨੇ ਕੀਤੇ ਸੀ ਯਾਰ ਵੀਡੀਓ 'ਚ। ਸੋ ਬੜਿਆਂ ਨੇ ਕਿਹਾ ਕੋਈ ਚੱਕਰ ਨਹੀਂ ਮੈਂ ਗਾ, ਅਤੇ ਗੱਡੀ ਵੀ ਆਪਾਂ ਬਾਈ ਮੰਗਵੀ ਲਈ ਆ, ਇਹਨੂੰ ਸਾਈਡ 'ਤੇ ਲਾ ਦੀ, ਹੋਰ ਨਾ ਬਾਈ ਗਰੀਬ ਮਾਰ ਹੋ ਜਾਵੇ ਯਾਰ, ਉਹਨੇ ਨੰਬਰ ਨੋਟ ਕਰਕੇ ਪੁਲਿਸ ਨੂੰ ਦੇ ਦੇਣਾ। ਸੋ ਗੱਡੀ ਮੈਂ ਸੋਚਦਾ ਯਾਰ ਆਹ ਪਾਰਕਿੰਗ 'ਤੇ ਲਾ ਦਈਏ, ਕਿਉਂਕਿ ਯਾਰ ਅਗਲੇ ਦਾ ਨੰਬਰ ਜਾਣਾ ਅਤੇ ਉਹ ਵਿਚਾਰਾ ਵੀ ਫਸੂਗਾ। ਸੋ ਗੱਡੀ ਲਾ ਦਿੰਦੇ ਆਪਾਂ ਇੱਥੇ, ਲੈ ਬਈ ਗੱਡੀ ਤਾਂ ਬਾਈ ਆਪਾਂ ਲਾ ਤੀ, ਤਾਂ ਹੁਣ ਚੱਕੀਏ ਫਟਾਫਟ ਪਿੰਕ ਵਾਲੀ ਗੱਡੀ। ਲੈ ਕੱਦਾਂ ਬੈਟਰੀ ਫਿਰਦੀ ਆ। ਸੋ ਇੱਥੇ ਪਿੱਛੋਂ ਚੱਲਦੇ ਹਾਂ ਯਾਰ, ਤਾਂ ਕਿ ਬਾਈ ਤੁਹਾਨੂੰ ਮੈਂ ਦੱਸਿਆ ਸੀ ਕਿ ਆਪਾਂ ਬਾਈ ਕੋਈ ਪੰਗਾ ਨਹੀਂ ਲੈਣਾ ਜ਼ਿਆਦਾ, ਸਿਰਫ ਸਾਨੂੰ ਮਤਲਬ ਆ ਗੱਡੀ ਚੱਕਣਾ, ਕਿਉਂਕਿ ਗੱਡੀ ਵੀ ਆਪਾਂ ਤਾਂ ਚੱਕਣੀ, ਉਹ ਸੂਏ ਨਾ ਖੁਭਾ ਕੇ ਬਹਿ ਜੀ ਓਏ, ਕਦੋਂ ਸੂਆ ਖੁੱਭ ਗਿਆ ਸਾਲਿਆ ਫਿਰ ਹੋਸਪਿਟਲ ਮਿਲੂ। ਤੁਹਾਨੂੰ ਪਤਾ ਯਾਰ ਆਪਣਾ ਕੋਈ ਪੰਗਾ ਨਹੀਂ ਆ ਗੈਂਗ ਨਾ, ਆਪਾਂ ਸਿਰਫ ਗੱਡੀ ਚੱਕ ਰਹੇ। ਤੂੰ ਗੱਲ ਪੂਰੀ ਨਾ ਕਰਨ ਦੇ, ਨਵੇਂ ਕਰਤੱਵ ਜੇ ਕਰੀ ਜਾਈ, ਕਦੀ ਕੰਧ 'ਚ ਵੱਜ ਜਾਂਦਾ ਅਤੇ ਕਦੀ ਸੂਇਆਂ ਵਾਲੀ ਕੰਧ 'ਚ ਟੱਪਦਾ। ਸੋ ਬਾਈ ਆਪਣਾ ਕੋਈ ਰੋਲਾ ਨਹੀਂ ਹੈ ਗੈਂਗ ਨਾ, ਆਪਾਂ ਸਿਰਫ ਇੰਡੈਵਰ ਕਰਕੇ ਕਰ ਰਹੇ ਹਾਂ ਜੋ ਕਰ ਰਹੇ ਹਾਂ। ਇੱਥੋਂ ਅੱਗੇ ਰਾਹ ਕਿੱਦਾਂ ਬਣਾਈਏ, ਇੱਧਰੋਂ ਪੈ ਜੂ
लो भाई ड्राइवर नू मैं कहना गली गली पता बाबे गली गली पता यार तुम देख सकते कदा टपता जाता वे छूकता जाता गोली सारा मैं तुम दसा ड्राइवर जे खुब गए ना सारा टैटनस हटी उन्हें धुनी जलाने इधरों देखिए कितने तक पहुंच गए आप बाहर नू वो हजे बाहर ही आराम ना अंदर वड़ते हैं आका टपके इन्हें पता नहीं लगना चाहिए बस आप आराम अंदर बढ़ जाए क्योंकि आ घर के बाहर भाई कोई राह नहीं सी इस करके अपन आ घर अगों ही लै लग मतलब अगों ही जाना पैना सी बंदे का वो इधरों गेट तो निकल जू बंदा सामने गए कोई इधरों नहीं जाना आप देखो भाई मेरे हिसाब ना वो पिंक जी गड्डी मैनू लग रही है धुंधली जी दिखी जे पूरी दिखी नहीं इधरों लै भी राह है नहीं जाया जाता पे कि यार इन्ना राह इतों तो मैं कहना हाथी कढ़ दी आप बंदा नहीं कढ़ दे पे चलो खैर कोई ना ड्राइवर ने कोई ना कोई नारा काट ही लेना सो भाई मैनू लग रहा है मैं माड़ी जी धुंधली जी दिखी कि पिछे नू गड्डी खड़ी सो आप पिछे जाके देखते हैं जिते आप गड्डी मिली आप उत्थे भाई लैके गड्डी तित्तर हो जाना फटाफट एवं भाई कुटी जाना बंदे नू कोई गल हुड़ी क्योंकि अपनी कोई गल ही नहीं हुई जे सा ड्राइवर ना पंगे लोगे फिर तो फैट देने भाई टेंशन ना लो कोई गन गुन थोड़िया मोटिया तो आपू भी चलानी पैनी है जे लोड़ पई वैसे भाई आपू लोड़ नहीं यार देख लो भाई इंडेवर करके की करना पै रहा है सो भाई लाइक करो यार वीडियो ने जिनी हो सकी तो कमेंट करो कमेंट कर दस्यो यार तुम कि इंडेवर गड्डी कि लगी तो लोपो पेंक गड्डी आपू मिल चुकी है यार तो लै भाई पेंक गड्डी लैके हूँ आप निकलन की करनी इतों भाई उधर बंदे आ की किया जाए मैं कहना मोली सुट दी उधर क्योंकि उन्होंने ध्यान उधर भड़क जूगा तो आप इतों लैके गड्डी निकलीए मोली सुट दी है ना ला भाई चक मोली ये तो भाई बाबा ही दूर चल गई यार बस इतने सही है हम निकलन की करिए इतों बस लै भाई पै गए बंदे पिछे मैं तो क्या ध्यान भड़क जूगा तो भाई देख लो कि सिक्योरिटी रखी हुई सी गड्डी की पर तुम्हें तो पता यार ड्राइवर ने गड्डी चक ही लियानी है क्योंकि ड्राइवर वास्ते भाई आप कुछ भी करेगा लो भाई गड्डी देखो बीबी की गड्डी सोहनी है पिंक कलर की गड्डी कराई फिर लो भाई हूँ आप जाना फटाफट क्लब से उतो चकनी अपनी सान चकना आप भाई हूँ सान चकना इंडेवर इंडेवर को करावे मोडीफाई वो चके चुके एंड करावे भाई अलोए अलोए एंड एंड ले पवावे थोड़े और लिया भाई चक भाई गड्डी अपनी मालकन की क्योंकि नौकरी आई मैं लगता लै भी मालकन की गड्डी चक तो सानू दे इंडेवर की चाबी आप निकलीए इतों साडा हो गया काम डन तू गी चाहिए सी गड्डी देती यार साले शक्लो तो देखो नौकर आ की करी जाता वो सदमा समदम लगा देखो भाई मोबाइल हाथ च है नहीं उंगलियां घुमाई जाता आनू भरावा भेज दो पागलखाने आ देखो की करी जाता पता नहीं पर भैया देखो नौकर साले गड्डिया देखो कि खरिया खरिया चकी फिर नौकरा इन इन वजिया तनखा तो आ गी कि सोहनी आ भी गड्डी सोनी कितने बड़ी यार अपने ड्राइवर दसो यार सू कि खड़ी आ गड्डिया थोड़े को भी बड़ी सोहनी तो ट्रैक्टर साढ़े तो बड़े सोहने आ तू सू गी दस तो पिछे खड़ी है तो चल साइड हट जा फिर भाई लो भाई आपू अपनी ड्राइवर मिल चुकी मेरे हिसाब ना इतने कित खड़ी है तो गड्डी देखो यार इन्हों की कि सही गड्डी है ये गड्डी तो भाई रेयर ही गड्डी है वैसे तो पर चलो सो भाई सामने खड़ी अपनी लाल कलर की भाई इंडेवर देखो भाई कि सैट लग रही यार गड्डी बाकी भाई इनू कराने कलर कुलर तो ये लोए लुए पवाने बाकी भाई होर कुछ मोडिफिकेशन हो सकता तो जरूर करावे गड्डी तो बाबे सरा हूँ फटाफट चलाइए देख बाबा लई आप हूँ बस अंदर बैठीए फटाफट लो भाई ड्राइवर बह चुका अपनी इंडेवर गड्डी दे विच सो देख सकते भाई अंदरों इंडेवर गड्डी हजे तो ठीक ठीक लग रही है आ उपर भाई रूफ भी हैगी है सो देखो भाई 0 मीटर गड्डी अपनी हूँ देखियो भजांदा जट मार्क ला लीए भाई बैनी को क्योंकि थोनू पता यार मोडिफिकेशन तो बिना गड्डी चलानी तो आम गल है यार सॉरी मैं कहना मोडिफिकेशन हो जाती ना धक्क जी पै जाती यार थोड़ी जी लो भाई तारती आप रोड से अपनी ड्राइवर गड्डी तो मैं कहना भाई चलती पूरी सहन लगती यार कि सोहनी लगती चलती तो जो मोडिफिकेशन होगी मैं कहना क्या ही बात हो जानी है इदा की गड्डी भाई जमा नहीं लभनी थोड़ा रोड से ड्राइवर भाई एक ही एक गड्डी आई सी शहर च सो मैं भाई प्लैन कर ही रहा चोरी का कि भाई उन्होंने उन्होंने गैंग ही एड्डी वीड्डी भाई उन्होंने चोरी कर ली चलो कोई ना भाई आप लैन दी
ਲੈ ਵੇ ਬੈਨੀਆ ਖੋਲ ਦੇ ਦਰਵਾਜ਼ਾ ਹੁਣ ਫਟਾਫਟ ਡੈ ਪਰ ਲੈਣ ਦੀ ਆਪਾਂ ਆਪਣੇ ਵਿਹੜੇ 'ਚ। ਪਰ ਯਾਰ ਆਪਾਂ ਆਉਂਦੇ ਬੈਨੀ ਕੋ ਆ, ਬੈਨੀ ਕੋ ਯਾਰ ਛੱਡਣਾ ਪੈਣਾ ਆਉਣਾ। ਉਹ ਤੁਹਾਨੂੰ ਪਤਾ ਇੱਕ ਕੋ ਬੰਦਾ ਆਈ ਜਾਵੇ ਨਾ ਤਾਂ ਰੇਟ ਜ਼ਿਆਦਾ ਲਾਉਂਦੇ ਬੰਦੇ। ਬੈਨੀ ਵੀ ਅੱਜ ਕੱਲ੍ਹ ਬਾਈ ਬੜਾ ਰੇਟ ਲਾਉਣ ਲੱਗ ਗਿਆ ਯਾਰ। ਲੈ ਵੀ ਬੈਨੀਆ ਲੈਣ ਦੀ ਗੱਡੀ ਤੇਰੇ ਸਾਹਮਣੇ ਤਾਂ ਨਹੀਂ, ਕਹਿੰਦੇ ਰੇਟ ਤੂੰ ਜ਼ਿਆਦਾ ਲਾਉਣਾ ਜੋ ਮਰਜ਼ੀ ਕਰ ਲਾ। ਤਾਂ ਇੰਜਨ ਬਾਈ ਇਹਦਾ ਰੱਖਾ ਦੇ ਵੱਡਾ, ਕਿਉਂਕਿ ਇੰਨਾ ਕਰਨੀ ਆਪਾਂ ਆਫ ਰੋਡ। ਸੋ ਇੰਜਨ ਤਾਂ ਬਾਈ ਆਪਾਂ ਨੂੰ ਵੱਡਾ ਚਾਹੀਦਾ। ਪਲੇਟਾਂ ਯਾਰ ਪਲੇਟਾਂ ਦਾ ਹਜੇ ਕੋਈ ਚੱਕਰ ਨਹੀਂ ਆਪਾਂ ਨੂੰ, ਪਹਿਲਾਂ ਵੀਲ ਵਾ ਲਈਏ, ਦੇਖੀਏ ਕਿਹੜੇ ਲਵਾਉਣੇ ਅਲੋਏ। ਅਲੋਏ ਵੀ ਬਾਈ ਆਪਾਂ ਨੂੰ ਖਰੇ ਜੇ ਲਵਾਉਣੇ ਪੈਣੇ, ਕਿਉਂਕਿ ਆਫ ਰੋਡਿੰਗ ਜਦੋਂ ਕਰਨੀ ਹੈ ਤੁਹਾਨੂੰ ਪਤਾ ਖਰੇ ਜੇ ਚਾਹੀਦੇ ਵੀਲ। ਅਲੋਏ ਕਿਹੜੇ ਲਵਾਈਏ ਯਾਰ, ਫਲੇ ਇੰਨੇ ਤਰ੍ਹਾਂ ਦੇ ਅਲੋਏ ਬੰਦਾ ਕਨਫਿਊਜ਼ ਹੋ ਜਾਂਦਾ। ਡੈਸ਼ ਵੀ ਆਈ ਪੀ ਸਪਲਿਟ 10 ਆਹ ਸੋਹਣੇ ਲੱਗਦੇ ਪਏ ਨਾ। ਵਾਹ ਵਾਹ ਯਾਰ ਵਾਧੂ ਬਾਈ, ਇੰਨੇ ਕੁ ਲੋਏ ਆ ਨਾ ਬੰਦਾ ਕਨਫਿਊਜ਼ ਹੋ ਜਾਂਦਾ ਯਾਰ ਲਵਾਈਏ ਕਿਹੜੇ। $2200 ਦੇ, $2400 ਦੇ, ਇਹ ਵੀ ਸੋਹਣੇ ਆ ਨਾ ਕਾਰਬਨ ਸੋਲਰ। ਯਾਰ ਬਲੈਕ ਕਰਾਈਏ ਕਿ ਕਰੋਮ ਕਰਾਈਏ ਯਾਰ, ਮੈਂ ਵੀ ਕਨਫਿਊਜ਼ ਹਾਂ। ਬਲੈਕ ਵੀ ਸੋਹਣੇ ਲੱਗਦੇ ਪਏ ਇਹ 'ਚ ਤਾਂ, ਅਤੇ ਕਰੋਮ ਵੀ ਸੋਹਣੇ ਲੱਗਦੇ ਪਏ ਆ। ਕਿਹੜੇ ਕਰਾਈਏ, ਸੋਲਰ ਸੋਹਣੇ ਆ ਯਾਰ, ਆਹ ਸੋਹਣੇ ਯਾਰ ਸਪਲਿਟ 10 ਰਖਾ ਦਿੰਦੇ ਹਾਂ। ਬਾਕੀ ਅੱਗੋਂ ਬਾਈ ਜਿਹੜੇ ਪਸੰਦ ਆਏ ਚੇਂਜ ਕਰਾਈ ਜਾਵਾਂਗੇ। ਅਤੇ ਬੁਲਟ ਪਰੂਫ ਟਾਇਰ ਤਾਂ ਬਾਈ ਚਾਹੀਦੇ ਹੀ ਆ, ਕਿਉਂਕਿ ਤੁਹਾਨੂੰ ਪਤਾ ਯਾਰ ਜਦੋਂ ਆਫ ਰੋਡਿੰਗ ਕਰਨੀ ਹੈ ਤਾਂ ਪੁਲਸ ਤਾਂ ਪੈਣੀ ਆ ਆਪਾਂ ਨੂੰ। ਹੈੱਡਲਾਈਟਾਂ, ਹੈੱਡਲਾਈਟਾਂ ਯਾਰ ਚਿੱਟੀਆਂ ਰਖਾ, ਚਿੱਟੀਆਂ ਜ਼ਿਆਦੀਆਂ ਪਸੰਦ। ਨੀਲੀਆਂ ਵੀ ਸੋਹਣੀਆਂ ਲੱਗਦੀਆਂ ਪਰ ਚਿੱਟੀਆਂ ਦੀ ਗੱਲਬਾਤ ਵੱਖਰੀ ਆ, $3000 ਦੀ। ਸੋ ਲਾਈਟਾਂ ਲੂਟਾਂ ਤਾਂ ਲਾ ਦੇ ਯਾਰ ਬੈਨੀਆਂ, ਲਾਈਟਾਂ ਦੀ ਆਹ ਟੈਨਸ਼ਨ ਲੈਂਦਾ ਤੂੰ। ਲਾਈਟਾਂ ਦਾ ਮੈਂ ਕਹਿੰਦਾ ਬਾਈ ਗੋਲ ਦਾਂਗੇ ਪੂਰੀਆਂ, ਲੈ ਸਾਰੀਆਂ $200 ਦੀਆਂ। ਕਿਹੜੀ ਲਵਾਈਏ ਯਾਰ, 140 ਲਾਈਟਾਂ ਲਾ ਦੇ ਉਹ ਭਰਾਵਾ ਜਿਹੜੀਆਂ ਲੱਭਦੀਆਂ ਤੈਨੂੰ। ਮੈਂ ਤਾਂ 140 ਦੇ ਪਿੱਛੇ ਰਹਿ ਨਾ ਇਕੱਲੀ ਇਕੱਲੀ ਦੇਖਦੇ। ਸੋ ਗੱਡੀ ਦਾ ਕਲਰ ਬਾਈ ਫਾਈਨਲੀ ਵੱਡੀ ਚੀਜ਼ ਆਪਾਂ ਬਲੈਕ ਕਰਾਉਣ ਜਾ ਰਹੇ ਹਾਂ। ਬਾਕੀ ਬਾਈ ਤੁਹਾਨੂੰ ਕਿਹੜੀ ਵਧੀਆ ਲੱਗੂਗੀ ਦੱਸਿਓ ਸਾਨੂੰ ਯਾਰ ਕਮੈਂਟਾਂ 'ਚ, ਕਿਹੜੀ ਕਿਹੜੀ ਕਰਾਈਏ, ਚਿੱਟੀ ਕਰਾਈਏ ਜਾਂ ਕਰੋਮ ਕਲਰ ਕਰਾ ਕੇ ਦੇਖੀਏ। ਹਜੇ ਤਾਂ ਬਾਈ ਮੈਂ ਸੋਚ ਰਿਹਾ ਕਿ ਬਲੈਕ ਕਰਾ ਦਈਏ, ਕਿਉਂਕਿ ਬਲੈਕ ਤੁਹਾਨੂੰ ਪਤਾ ਜ਼ਿਆਦਾ ਚੱਲਦੀ। ਲੈ ਬਾਈ ਕਰਦੇ ਬੁਲਟ ਪਰੂਫ ਗੱਡੀ, ਬ੍ਰੇਕਾਂ ਲਾ ਮੈਂ ਕਹਾਂ ਕੱਸ ਕੇ ਰੱਖ। ਹਾਂ ਹਾਂ ਜਦੋਂ ਮੈਂ ਕਹੂੰ ਸਟੋਪ ਤਦੋਂ ਸਟੋਪ, ਹੋਰਨ ਇਹ ਹੋਰਨ ਯਾਰ ਪੁਰਾਣੇ ਐਡੇ ਐਡੇ ਵੱਡੇ ਜਿੱਦਾਂ ਨਾ ਰੀਲਾਂ ਲਾਈਆਂ ਰੇਡੀਓ ਵਾਲੀਆਂ, ਆਹ ਦੇਖੋ ਹੋਰਨ ਨਹੀਂ ਵਧੀਆ ਇੱਕੋ ਆਹ ਲਵਾ ਦਿੰਦੇ ਹਾਂ। ਵੈਸੇ ਹੋਰਨ ਨਵੇਂ ਲਿਆ ਬਹਿੰਦੀਆਂ ਯਾਰ, ਨੀਵੀਂ ਕਾਹਲੀ ਕਰਾਉਣੀ ਗੱਡੀ। ਸੋ ਟਰਬੋ ਤਾਂ ਬਾਈ ਜ਼ਰੂਰੀ ਆ ਆਫ ਰੋਡਿੰਗ 'ਤੇ। ਅਤੇ ਵਿੰਡੋ, ਵਿੰਡੋ ਬਾਈ ਪਿਓਰ ਬਲੈਕ ਕਰਾ ਦਈਏ ਕਿ ਟਿੰਟ ਕਰਾ ਦਈਏ, ਲਾਈਟ ਸਮੋਕ ਵੀ ਸਹੀ ਆ। ਕਿਹੜੀ ਕਰਾਈਏ ਯਾਰ, ਹੈੱਡਲਾਈਟਾਂ ਵੀ ਬਲੈਕ ਕਰਦਾ ਪੈਣਾ ਇਹਦੇ ਵਿੱਚ। ਕਿਹੜੀ ਕਰਾਈ, ਲਿਮੋ, ਇਹ ਹਰੀਆਂ ਜਿਹੀਆਂ ਲੱਗਦੀਆਂ ਲਿਮੋ। ਡਾਰਕ ਸਮੋਕ, ਲਾਈਟ ਸਮੋਕ, ਕਿਹੜੀਆਂ ਕਰਾਈਏ ਯਾਰ। ਆਲਮੋਸਟ ਸਾਰੀਆਂ ਸੇਮ ਹੀ, ਰੇਟ ਸੇਮ ਹੀ ਆ ਸਾਰਿਆਂ ਦੇ। ਅਤੇ ਟਿੰਟ 'ਚ ਤਾਂ ਬਾਈ ਬਲੈਕ ਨਹੀਂ ਹੁੰਦੀਆਂ, ਲਾਈਟ ਸਮੋਕ ਠੀਕ ਆ ਨਾ, ਸਾਰੀਆਂ ਬਲੈਕ ਹੋ ਜੂਗੀਆਂ। ਲੋ ਬਾਈ ਆਲਮੋਸਟ ਆਪਣੀ ਗੱਡੀ ਹੋ ਚੁੱਕੀ ਹੈ ਸਾਰੀ ਰੈਡੀ, ਅਤੇ ਆਫ ਰੋਡਿੰਗ ਲਈ ਬਾਈ ਹੋ ਚੁੱਕੀ ਫੁੱਲ ਫੁੱਲ ਰੈਡੀ। ਅਤੇ ਦੇਖੋ ਬਾਈ ਕਿੱਦਾਂ ਲਿਆ ਰਿਹਾ ਡਰਾਈਵਰ ਜੱਟ ਆਪਣੀ ਗੱਡੀ। ਲੈ ਬਾਈ ਬਾਈ ਤੁਸੀਂ ਚੈੱਕ ਕਰ ਸਕਦੇ ਗੱਡੀ ਆਪਣੀ, ਓਏ ਹੋ 1900 ਲੱਗਦੀ ਬਾਬਿਓ, ਭੱਜਦੀ ਆ। ਮੈਂ ਕਹਿੰਦਾ ਬਾਈ ਇੰਜਨ 4 ਜਦੋਂ ਪਵਾਇਆ ਨਾ, ਤੁਸੀਂ ਲੁੱਕ ਚੈੱਕ ਕਰੋ ਯਾਰ ਗੱਡੀ ਦੀ ਕਿੰਨੀ ਸੋਹਣੀ ਲੱਗ ਰਹੀ ਆਪਣੀ। ਬੱਲੇ 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 ਬੱਲੇ, ਦੇਖੋ ਬਾਈ ਕੰਨੀ ਚਮਕਦੀ ਪਈ ਆ। ਜਦੋਂ ਆਫ ਰੋਡਿੰਗ ਕਰਾਉਣੀ ਨਾ ਇਹਦੀ ਆਪਾਂ ਧੂੜਾ ਪੱਟ ਕੇ ਹੱਥ ਪੜਾ ਦੇਣੀ ਆ, ਦੇਖਿਓ ਤੁਸੀਂ। ਲੈ ਬਾਈ ਚਾੜੀ ਆ ਰੋਡ 'ਤੇ ਫਿਰ ਗੱਡੀ, ਬਾਈ ਗੱਡੀ ਤਾਂ ਜਮਾਂ ਸਿਰ। ਉੱਪਰੋਂ ਜਿਹੜੀ ਬਾਈ ਰੂਫ ਆ ਉਹ ਵੀ ਬਲੈਕ ਕਰਤੀ ਹੈ ਬਾਹਰੋਂ। ਗੱਡੀ ਬਾਈ ਦੂਰੋਂ ਵੀ ਐਨ ਸੋਹਣੀ, ਉਹ ਦੇਖੋ ਦੂਰੋਂ ਵੀ ਬਾਈ ਬਹੁਤ ਸੋਹਣੀ ਲੱਗ ਰਹੀ ਗੱਡੀ ਆਪਣੀ। ਲੈ ਬਾਈ ਚਾੜੀਏ ਰੋਡ 'ਤੇ ਯਾਰ, ਬਹੁਤ ਦੇਖ ਲਈ ਗੱਡੀ ਗੁੱਡੀ, ਹੁਣ ਤਾਂ ਬਾਈ ਚਲਾਉਣ ਦਾ ਮਨ ਕਰ ਰਿਹਾ ਪੂਰੀ। ਓਏ ਹੋ ਬਾਈ ਡਰਿਫਟਾਂ ਮਾਰਦੀ ਕਿਤੇ ਗੱਡੀ, ਬਾਹਲੀ ਪਾਵਰ ਆ ਬਾਈ ਆਹ ਅੰਦਰੋਂ। ਰੁਕੋ ਯਾਰ ਇਹਦੀ ਸ਼ੀਸ਼ੇ ਜੇ ਲਾ ਦਈਏ ਯਾਰ, ਲਾਹ ਐਨਕਾਂ ਯਾਰ ਫਟਾਫਟ।
ਹੁਣ ਦੇਖੋ ਬਾਈ, ਹੁਣ ਗੱਡੀ ਵਧੀਆ ਲੱਭੂਗੀ ਅੰਦਰੋਂ। ਆਹ ਦੇਖੋ ਫੋਰਡ, ਉੱਤੇ ਬਾਈ ਸਕਰੀਨ ਵੱਡੀ ਜੀ ਲੱਗੀ, ਉੱਤੇ ਵੀ ਫੋਰਡ ਲਿਖਿਆ, ਅਤੇ ਉੱਪਰ ਬਾਈ ਰੂਫ ਵੀ ਬਲੈਕ, ਅਤੇ ਅੰਦਰੋਂ ਸ਼ੀਸ਼ੇ ਦਾ ਬਾਈ ਕਿਆ ਹੀ ਬਾਤਾਂ ਹੈ, ਫੋੜ ਹੀ ਫੋੜ ਹੋਈ ਪਈ। ਮੈਂ ਤੁਹਾਨੂੰ ਦੱਸਾਂ ਦੇਖੋ ਬਾਈ, ਮੈਂ ਕਹਿੰਦਾ ਬਾਈ ਪੂਰੀ ਅੱਗ ਕੱਢੂਗੀ ਅਗਲੀ ਆਫ ਰੋਡ 'ਚ ਜਾ ਕੇ। ਯਾਰ ਤੁਸੀਂ ਦੱਸੋ ਯਾਰ, ਇਹਦਾ ਆਫ ਰੋਡ ਮੁਕਾਬਲਾ ਕਰਾਇਆ ਜਾਵੇ ਕਿ ਨਾ? ਕਿਉਂਕਿ ਆਪਾਂ ਇੱਕ ਪਹਿਲਾਂ ਵੀ ਆਫ ਰੋਡਿੰਗ ਦੀ ਵੀਡੀਓ ਲਿਆਂਦੀ ਯਾਰ, ਵਧੀਆ ਗਈ ਸੀ ਰਿਸਪੋਂਸ ਉਹਦਾ, ਅਤੇ ਇੰਡੈਵਰ ਨਾਲ ਆਪਾਂ ਨੂੰ ਕਰਾਉਣਾ ਚਾਹੀਦਾ ਵਾ ਆਫ ਰੋਡ 'ਤੇ ਕਿ ਜਾਂ ਕੋਈ ਟਰੈਕਟਰ ਨਾਲ, ਇਹ ਦੱਸੋ ਮੈਨੂੰ। ਕਿਉਂਕਿ ਆਫ ਰੋਡਿੰਗ ਦੀ ਵੀਡੀਓ ਲਿਆਉਂਦੇ ਹਾਂ ਆਪਾਂ, ਕਿਉਂਕਿ ਆਫ ਰੋਡਿੰਗ ਬਾਈ ਤੁਹਾਨੂੰ ਪਤਾ ਲੋਕਾਂ ਨੂੰ ਬਾਹਲੀ ਪਸੰਦ ਆ, ਅਤੇ ਆਫ ਰੋਡ ਦੀ ਵੀਡੀਓ ਬਣਾਵਾਂਗੇ, ਅਤੇ ਦੇਖਦੇ ਹਾਂ ਆਪਣੀ ਇੰਡੈਵਰ 'ਚ ਕਿੰਨਾ ਦਮ ਆ, ਜਾਂ ਫੋਰਚੂਨਰ ਦੀ ਕਰਾਈਏ। ਦੱਸੋ ਮੈਨੂੰ ਕਮੈਂਟ ਕਰਕੇ ਕਿਹਦੀ ਕਰਾਈ, ਕਿਉਂਕਿ ਯਾਰ ਸਾਰੀਆਂ ਤਕੜੀਆਂ ਚੀਜ਼ਾਂ, ਮੈਂ ਆਪ ਕਨਫਿਊਜ਼ ਆ ਕਿਹਦੀ ਕਰਾਈ ਜਾਵੇ ਆਫ ਰੋਡ। ਹੁਣ ਮੈਨੂੰ ਬਾਈ ਪਿੰਡ 'ਚ ਨਾ ਇੱਕ ਛੋਟਾ ਜਿਹਾ ਆਫ ਰੋਡ ਦਾ ਟਰੈਕ ਮਿਲਿਆ, ਆਪਾਂ ਉੱਥੇ ਕਰਾਉਂਦੇ ਹਾਂ ਇਹਦੀ ਆਫ ਰੋਡ, ਮਾੜੀ ਮੋਟੀ ਕਰਾ ਕੇ ਦੇਖ ਲੈਂਦੇ, ਪਰ ਬਾਈ ਇੱਕ ਵੱਡਾ ਟਰੈਕ ਆਉਣ ਵਾਲਾ ਆ ਮੂਹਰੇ, ਸੋ ਇੱਕ ਈਵੈਂਟ ਜਿਹਾ ਆਉਣ ਵਾਲਾ। ਤੁਸੀਂ ਦੱਸੋ ਆਪਾਂ ਨੂੰ ਕਿਹੜੀ ਗੱਡੀ ਲੈ ਕੇ ਜਾਣਾ ਚਾਹੀਦਾ, ਟਰੈਕਟਰ ਲੈ ਕੇ ਜਾਣਾ ਚਾਹੀਦਾ, ਇੰਡੈਵਰ ਲੈ ਕੇ ਜਾਣਾ ਚਾਹੀਦਾ, ਜਾਂ ਫੋਰਚੂਨਰ ਲੈ ਕੇ ਜਾਣਾ ਚਾਹੀਦਾ? ਹੁਣ ਤਾਂ ਚੱਲੀਏ ਆਪਾਂ ਪਿੰਡ ਵੱਲ ਨੂੰ, ਉਹ ਗੱਡੀ ਭਜਾਲੀ ਯਾਰ ਸ਼ਹਿਰ, ਪਿੰਡ ਲੈ ਕੇ ਤੁਹਾਨੂੰ ਦਿਖਾਉਂਦੇ ਹਾਂ ਟਰੈਕ ਛੋਟਾ ਜਿਹਾ ਆਪਣੇ ਬਾਈ ਬੰਦੇ ਨੇ ਬਣਾਇਆ ਰਿਹਾਸਲੀ ਰੂਸਲ ਕਰਨ ਲਈ। ਤਾਂ ਲਓ ਬਾਈ ਪਹੁੰਚ ਚੁੱਕੇ ਹਾਂ ਆਪਾਂ, ਪਹੁੰਚ ਚੁੱਕੇ ਹਾਂ, ਤਾਂ ਦੇਖਦੇ ਹਾਂ ਬਾਈ ਕਿੱਦਾਂ ਦਾ ਬਣਾਇਆ ਟਰੈਕ, ਮੈਂ ਆਪ ਪਹਿਲੀ ਵਾਰੀ ਜਾਣਾ। ਸੋ ਮੈਨੂੰ ਤਾਂ ਬਾਈ ਯਕਦਮ ਹੀ ਮਿਲਿਆ ਇੱਥੋਂ ਪਿੰਡ ਦੇ ਕੋਲੋਂ, ਕਿ ਲੈ ਬਾਈ ਇੱਥੇ ਵੀ ਹੈਗਾ, ਮੈਨੂੰ ਤਾਂ ਪਹਿਲਾਂ ਪਤਾ ਹੀ ਨਹੀਂ ਹੁੰਦਾ ਸੀ। ਲਓ ਬਾਈ ਤਾਰਤੀ ਆਪਾਂ ਗੱਡੀ ਆਪਣੀ ਆਫ ਰੋਡ 'ਤੇ, ਅਤੇ ਹੁਣ ਦੇਖੋ ਧੂੜਾ ਪੜਦੀ। ਜਿਹਨੂੰ ਜਿਹਨੂੰ ਬਾਈ ਇੰਡੈਵਰ ਪਸੰਦ ਆ ਲਾਈਕ ਕਰੋ ਵੀਡੀਓ ਨੂੰ ਜਾ ਕੇ ਫਟਾਫਟ, ਅਤੇ ਜੇ ਵੀਡੀਓ ਲੱਗੀ ਹੈ ਨਾ ਵਧੀਆ, ਅਤੇ ਮੈਂ ਕਹਿੰਦਾ ਲਾਈਕ ਵਾਲਾ ਬਟਨ ਜ਼ਰੂਰ ਨੱਪ ਕੇ ਜਾਇਓ, ਅਤੇ ਸਬਸਕ੍ਰਾਈਬ ਵੀ ਨੱਪ ਦਿਓ ਜਿਨ੍ਹਾਂ ਨੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ। ਤਾਂ ਲਓ ਨਜ਼ਾਰੇ ਬਾਈ ਆਫ ਰੋਡ ਦੇ, ਦੇਖਿਓ ਕਰਾਉਂਦਾ ਜੱਟ ਆਫ ਰੋਡ। ਇਹ ਤਾਂ ਬਾਈ ਛੋਟਾ, ਹਜੇ ਵੱਡਾ ਈਵੈਂਟ ਤਾਂ ਆਉਣਾ, ਥਾਂ ਤੁਹਾਨੂੰ ਪੁੱਛ ਰਿਹਾ ਕਿ ਕਿਹੜੀ ਗੱਡੀ ਲੈ ਕੇ ਜਾਣੀ ਚਾਹੀਦੀ ਆ। ਇਹ ਤਾਂ ਬਾਈ ਹਜੇ ਛੋਟਾ ਜਿਹਾ ਟਰੈਕ ਆ, ਦੇਖੋ ਬਾਈ ਇਹ 'ਚ ਤਾਂ ਚਿੱਕੜ ਚੁੱਕੜ ਬਹੁਤ ਘੱਟ ਆ, ਉਹ 'ਚ ਦੇਖਿਓ ਤੁਸੀਂ ਕਿੰਨੀਆਂ ਧੂੜਾ ਪੜਦੇ। ਪਰ ਬਾਈ ਮੈਂ ਤੁਹਾਨੂੰ ਦੱਸਾਂ, ਪਾਵਰ ਬਹੁਤ ਆਪਣੀ ਇੰਡੈਵਰ 'ਚ, ਉਹ ਤੇਰੀ ਨੂੰ ਪਲਟਦੀ ਨਹੀਂ ਛੇਤੀ ਗੱਡੀ, ਉਹ ਦੇਖੋ ਕਿੰਨੇ ਝਟਕੇ ਖਾਂਦੀ, ਪਲਟਦੀ ਨਹੀਂ ਯਾਰ ਛੇਤੀ ਗੱਡੀ। ਆਮ ਗੱਡੀ ਤਾਂ ਬਾਈ ਇਹ ਤਾਂ ਝਟਕੇ ਖਾ ਕੇ ਮਿੰਟੋ ਮਿੰਟ ਪਲਟ ਜਾਂਦੀ। ਬੱਲੇ 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 ਬਾਈ, ਵਾਹ ਵਾਹ ਬਾਈ, ਸਾਹ ਨਹੀਂ ਆ ਵਾਕਈ, ਐਵੇਂ ਨਹੀਂ ਬਾਈ ਮਾੜਾ ਕਿਹਾ ਚੱਲਦੀ ਆਪਣੇ ਇੱਥੇ ਗੱਡੀ। ਸੋ ਬਾਈ ਕਿੱਦਾਂ ਦੀ ਲੱਗੀ ਅੱਜ ਦੀ ਵੀਡੀਓ, ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ, ਕਿੱਦਾਂ ਦੀ ਲੱਗੀ ਵੀਡੀਓ ਬਾਈ ਕਮੈਂਟ ਕਰਕੇ ਦੱਸਿਓ ਮੈਨੂੰ, ਅਤੇ ਮਿਲਦੇ ਹਾਂ ਬਾਈ ਅਗਲੀ ਵੀਡੀਓ ਦੇ ਵਿੱਚ ਜਲਦੀ, ਅਤੇ ਦੱਸਿਓ ਮੈਨੂੰ ਕਿਹੜੀ ਗੱਡੀ ਲੈ ਕੇ ਜਾਣਾ ਚਾਹੀਦਾ ਆਫ ਰੋਡ 'ਤੇ। ਚੰਗਾ ਬਾਈ, ਸਤਿ ਸ਼੍ਰੀ ਅਕਾਲ।